ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਸਾਰੇ ਠੀਕ ਠਾਕ ਹੋ? ਅਸੀਂ ਵੀ ਠੀਕ ਠਾਕ ਹਾਂ, ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋ ਗਏ। ਅਤੇ ਗੱਡੀ ਲੋਡ ਕਰਕੇ ਮਤਲਬ ਉੱਥੋਂ ਨਿਕਲ ਗਏ ਸੀ, ਅਤੇ ਵਲੋਗ ਆਪਣਾ ਬਣਿਆ ਪਿਆ ਨੈੱਟਵਰਕ ਦੇ ਕਰਕੇ। ਵਲੋਗ ਸਵੇਰ ਦਾ ਮਤਲਬ 5 ਵਜੇ ਦਾ ਅਪਲੋਡ 'ਤੇ ਲਾਇਆ, ਨਾ ਏਅਰਟੈੱਲ ਦਾ ਨੈੱਟ ਚੱਲਦਾ ਪਿਆ ਸੀ ਵਧੀਆ, ਨਾ ਹੀ ਜੀਓ ਦਾ ਚੱਲਦਾ ਪਿਆ ਸੀ, ਅਤੇ ਉਹਦੇ ਕਰਕੇ ਵਲੋਗ ਆਪਣਾ ਅੱਜ ਅਪਲੋਡ ਹੋ ਨਹੀਂ ਸਕਿਆ। ਉਹਦੇ ਕਰਕੇ ਗਲਤੀ ਸ਼ਲਤੀ ਮਾਫ, ਅਤੇ ਕੱਲ੍ਹ ਨੂੰ ਆਪਣਾ ਟਾਈਮ ਨਾਲ ਸ਼ਾਮੀ 6 ਵਜੇ 5-10 ਮਿੰਟ ਉੱਪਰ ਥੱਲੇ ਪੂਰੇ ਟਾਈਮ 'ਤੇ ਵਲੋਗ ਆਪਣਾ ਅਪਲੋਡ ਹੋ ਜਾਣਾ। ਮਤਲਬ ਵਲੋਗ ਅਪਲੋਡ 'ਤੇ ਰਾਤ ਰੂਤ ਨੂੰ ਹੋ ਹੀ ਜਾਣਾ, ਆਪਾਂ ਪ੍ਰਾਈਵੇਟ ਕਰਦਾ ਹੈ, ਕੱਲ੍ਹ ਸ਼ਾਮੀ 6 ਵਜੇ ਛੱਡਦਾ ਹੈ। ਬਾਕੀ ਗੱਡੀ ਅਸੀਂ ਲੋਡ ਕਰ ਲਈ ਅਤੇ ਜਾ ਰਹੇ ਹਾਂ, ਰੱਬ ਸੁੱਖ ਰੱਖੇ ਸਵੇਰੇ ਖਾਲੀ ਹੋ ਜਾਣੀ ਆ ਗੱਡੀ। ਬਾਕੀ ਦੇਖਦੇ ਹਾਂ ਕੀ ਬਣਦਾ, ਉੱਥੇ ਪਹੁੰਚ ਕੇ ਅਤੇ ਲੋਕ ਆਉਂਦੇ ਰਹਿਣਗੇ ਹੁਣ ਆਪਣੇ ਕੰਟੀਨਿਊ ਡੇਲੀ, ਕੋਸ਼ਿਸ਼ ਇਹੀ ਕਰਦੇ ਪਏ ਹਾਂ। ਬਾਕੀ ਨੈੱਟਵਰਕ ਵਗੈਰਾ ਦਾ ਚੱਕਰ ਨਾ ਕੋਈ ਪਏ ਕਿ ਨਹੀਂ ਦਿਸੀ ਭਾਅ ਜੀ, ਸਹੀ ਗੱਲ ਹੈ। ਆਪਣਾ ਖਿਆਲ ਰੱਖੋ, ਆਪਣੇ ਪਰਿਵਾਰ ਦਾ ਖਿਆਲ ਰੱਖੋ, ਰੱਬ ਰਾਖਾ, ਗੁੱਡ ਨਾਈਟ, ਬਾਏ ਬਾਏ, ਗਲਤੀ ਸ਼ਲਤੀ ਮਾਫ਼ ਕਰਿਓ।